94.3 ਮਾਈ ਐਫਐਮ ਤੇ ਮੇਰੇ ਵੱਲੋਂ ਯਾਨੀ ਆਰਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੋਅ ਢੋਲ ਵੱਜਦਾ ਦੇ ਵਿੱਚ ਅਕਸਰ ਆਪਾਂ ਪੰਜਾਬੀਅਤ, ਪੰਜਾਬੀ ਸਿਨੇਮਾ, ਪੰਜਾਬੀ ਮਿਊਜ਼ਿਕ ਦੇ ਨਾਲ ਜੁੜੇ ਹੋਏ ਨਗੀਨਿਆਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਹਾਂ, ਉਹ ਨਗੀਨੇ ਜਿਨ੍ਹਾਂ ਨੂੰ ਸੁਣ ਕੇ ਰੂਹ ਖਿੜ ਜੇ ਹਜ਼ੂ। ਔਰ ਅੱਜ ਐਸੇ ਹੀ ਨਗੀਨੇ ਆਪਣੇ ਮਾਈ ਐਫਐਮ ਦੇ ਵਿਹੜੇ ਦੇ ਵਿੱਚ ਨੇ, ਅਲੀ ਬ੍ਰਦਰਸ। ਔਰ ਕਹਿੰਦੇ ਹੁੰਦੇ ਆ ਨਾ ਕਿ ਸੱਜਣਾਂ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ, ਸੱਜਣਾ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ, ਸਾਡੇ ਨਾਲ ਸੋਹਣੇ ਬਿਨਾਂ ਗੱਲ ਤੋਂ ਲੜੇ ਨੇ। ਲੜੇ ਤਾਂ ਲੜੇ ਪਰ ਸੱਜਣਾ ਨੇ ਉਸ ਤੋਂ ਅੱਗੇ ਵੀ ਸਟੈਪ ਚੱਕ ਲਿਆ, ਉਹ ਕੀ ਹੈ ਸੁਣਦੇ ਆ ਅਲੀ ਬ੍ਰਦਰਸ ਤੋਂ। ਸਮਾਨ ਬੰਨਿਆ ਪਿਆ ਏ ਮੇਰੀ ਜਾਨ ਦਾ, ਸਮਾਨ ਬੰਨਿਆ ਪਿਆ ਏ ਮੇਰੀ ਜਾਨ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਨ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਨ ਦਾ, ਸਮਾਨ ਬੰਨਿਆ ਪਿਆ ਏ ਮੇਰੀ ਜਾਨ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਨ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਨ ਦਾ। ਮੈਂ ਮਾਫੀਆਂ ਮੰਗਾ ਮੈਨੂੰ ਮਾਫ ਨਾ ਕਰਦੀ, ਜਦ ਵੀ ਰੋਕਾਂ ਹੱਥ ਬੰਨ ਕੇ ਖੜਦੀ, ਮੈਂ ਮਾਫੀਆਂ ਮੰਗਾ ਮੈਨੂੰ ਮਾਫ ਨਾ ਕਰਦੀ, ਜਦ ਵੀ ਰੋਕਾਂ ਹੱਥ ਬੰਨ ਕੇ ਖੜਦੀ, ਹੋ ਮੈਨੂੰ ਲੱਭੇ ਨਾ ਤਰੀਕਾ ਕੋਈ ਮਨਾਉਣ ਦਾ, ਮੈਨੂੰ ਲੱਭੇ ਨਾ ਤਰੀਕਾ ਕੋਈ ਮਨਾਉਣ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ। ਮੁੱਖ ਮੋੜ ਚੱਲੀਏ ਦਿਲ ਤੋੜ ਚੱਲੀਏ, ਮੇਰੀ ਦਿੱਤੀ ਜੋ ਨਿਸ਼ਾਨੀ ਮੈਨੂੰ ਮੋੜ ਚੱਲੀਏ, ਮੇਰੀ ਦਿੱਤੀ ਜੋ ਨਿਸ਼ਾਨੀ ਮੈਨੂੰ ਮੋੜ ਚੱਲੀਏ, ਮੈਨੂੰ ਮੋੜ ਚੱਲੀਏ। ਸੱਚ ਬੋਲਦਾ ਹਾਂ ਝੂਠ ਨਹੀਂ ਉਹ ਮਾਰਦਾ, ਸੱਚ ਬੋਲਦਾ ਹਾਂ ਝੂਠ ਨਹੀਂ ਉਹ ਮਾਰਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣਦਾ। ਥੈਂਕ ਯੂ ਜੀ। ਇਹਨੇ ਅਲੀ ਬ੍ਰਦਰਸ ਔਰ ਸ਼ਾਹਰੁਖ, ਬਬਲੂ ਤੇ ਹੁਸੈਨ ਅੱਜ ਆਪਣੇ ਨਾਲ ਨੇ। ਇਹ ਉਹ ਤਿੰਨ ਚਿਹਰੇ ਨੇ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਰਿਐਲਿਟੀ ਸ਼ੋਅ ਤੋਂ ਜਦੋਂ ਸ਼ੁਰੂਆਤ ਕੀਤੀ ਸੀਗੀ, ਆਪਾਂ ਟੀ ਵੀ ਦੇ ਉੱਤੇ ਉਹ ਰਿਐਲਿਟੀ ਸ਼ੋਅ ਦੇਖਿਆ ਕਰਦੇ ਸੀ, ਸੁਣਿਆ ਕਰਦੇ ਸੀਗੇ, ਉਦੋਂ ਤੋਂ ਮੁਹੱਬਤ ਇਹਨਾਂ ਦੀ ਆਵਾਜ਼ ਦੇ ਨਾਲ ਹੋਈ। ਔਰ ਹੁਣ ਗੱਲ ਕਰਦੇ ਹਾਂ ਕਿਉਂਕਿ ਇਹ ਸਮਾਨ ਤੱਕ ਤੁਹਾਡਾ ਇਹ ਸਫ਼ਰ ਪਹੁੰਚਿਆ, ਅਗਰ ਆਪਾਂ ਕ੍ਰੋਸ ਬਲੇਡ ਦੇ ਲਾਈਵ ਸੀਜ਼ਨ 1 ਦੀ ਇਹ ਗੱਲ ਕਰੀਏ, ਦੇਖੋ ਗੱਲ ਇਹ ਹੁੰਦੀ ਹੈ ਕਿ ਇਹ ਗਾਣਾ, ਕਿਉਂਕਿ ਬਹੁਤ ਸਾਰੇ ਆਰਟਿਸਟ ਹੈ ਜਿਨ੍ਹਾਂ ਦੇ ਕੁਝ ਗਾਣੇ ਸਿਰਨਾਵੇਂ ਬਣ ਜਾਂਦੇ ਆ, ਉਹ ਗਾਣਿਆਂ ਦੇ ਕਰਕੇ ਉਹ ਆਰਟਿਸਟ ਜਾਣੇ ਜਾਂਦੇ ਹੈ ਨਾ। ਸਮਾਨ ਤੁਹਾਡੀ ਲਾਇਬ੍ਰੇਰੀ 'ਚ ਇੱਕ ਐਸਾ ਨਗੀਨਾ ਜੜਿਆ ਗਿਆ, ਤੁਹਾਡੇ ਗਾਣਿਆਂ 'ਚ ਇੱਕ ਐਸਾ ਨਗੀਨਾ ਜੜਿਆ ਗਿਆ ਜਿਹੜਾ ਸਭ ਤੋਂ ਵੱਡਾ ਨਗੀਨਾ ਹੈ, ਜਿਹਦੀ ਚਮਕ ਜ਼ਿਆਦਾ ਹੈਗੀ ਹੈ। ਇਹ ਗਾਣਾ ਕਿਵੇਂ ਪਹੁੰਚਿਆ? ਐਕਚੁਅਲੀ ਮੈਂ ਸਾਰਿਆਂ ਨੂੰ ਦੱਸਦਾ ਵੀ ਅਸੀਂ ਆਪ ਲਿਖਿਆ ਹੋਇਆ। ਅੱਛਾ ਜੀ। ਲਿਰਿਕਸ ਕੰਪੋਜ਼ ਐਂਡ ਗਾਇਆ, ਅਸੀਂ ਤਿੰਨੇ ਕੁਛ ਆਪ ਕੀਤਾ ਹੈ। ਇਹ ਸਾਡਾ ਜ਼ਿੰਦਗੀ ਦਾ ਫਸਟ ਸੌਂਗ ਹੈ ਜਿਹੜਾ ਅਸੀਂ ਆਪ ਹੀ ਲਿਖਿਆ, ਆਪ ਹੀ ਕੰਪੋਜ਼ ਕੀਤਾ। ਇਹ ਇੱਕ ਇੱਕ ਕਲਮ ਦੇ ਜਾਦੂਗਰ ਹੈ ਕੌਣ ਤਿੰਨਾਂ ਚੋਂ? ਯੈਸ ਹੁਸੈਨ ਜੀ। ਅਰੇ ਯਾਰ, ਵੈਰੀ ਗੁੱਡ। ਅੱਛਾ ਯਾਰ ਜੀ, ਬਿਲਕੁਲ। ਹਸਨ ਹਸਨ ਦੇ ਲਿਖੇ ਹੋਏ ਹੋਰ ਵੀ ਬਹੁਤ ਸਾਰੇ ਤੁਸੀਂ ਸੌਂਗ ਸੁਣੋਗੇ ਅੱਗੇ। ਹਾਂ, ਤੇ ਮੈਂ ਇਹ ਦੱਸਦਾ ਵੀ ਸਮਾਨ ਗਾਣਾ ਕਿੱਦਾਂ ਬਣਿਆ। ਹਾਂ, ਇੱਕ ਸਟੋਰੀ ਹੈ, ਸੱਚੀ ਸਟੋਰੀ ਹੈ, ਕੋਈ ਅਸੀਂ ਉਦਾਂ ਬਣਾਈ ਹੋਈ ਨਹੀਂ। ਅਸੀਂ ਸਾਡੇ ਨੇਬਰ ਸੀਗੇ, ਇੱਕ ਨੇਬਰ, ਉਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਪਿਆਰ ਸੀਗਾ ਕਿਉਂਕਿ ਉਹਨਾਂ ਕੋਲ ਇੱਕ ਉਹਨਾਂ ਦਾ ਬੇਬੀ ਸੀਗਾ ਛੋਟਾ, ਤੇ ਉਹ ਸਾਨੂੰ ਚਾਚੂ ਕਹਿੰਦਾ ਸਾਨੂੰ ਤਿੰਨਾਂ ਨੂੰ। ਅੱਛਾ। ਤੇ ਉਹਦੇ ਨਾਲ ਇੰਨਾ ਕੁ ਜ਼ਿਆਦਾ ਪਿਆਰ ਪੈ ਗਿਆ, ਤੇ ਭਾਬੀ ਹੋਰਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਪੈ ਗਿਆ ਹੈ ਨਾ, ਤੇ ਆਉਣਾ ਜਾਣਾ ਬਹੁਤ ਜ਼ਿਆਦਾ ਹੋ ਗਿਆ। ਠੀਕ ਹੈ। ਤੇ ਐਕਚੁਲੀ ਉਹਨਾਂ ਨੂੰ ਕੋਈ ਕਿਸੇ ਰੀਜ਼ਨ ਕਰਕੇ ਉਹਨਾਂ ਨੂੰ ਸ਼ਿਫਟ ਕਰਨਾ ਪੈ ਗਿਆ ਇੱਥੋਂ ਚੰਡੀਗੜ੍ਹ ਤੋਂ ਫਿਰੋਜ਼ਪੁਰ। ਅੱਛਾ। ਤੇ ਉਹ ਫਿਰੋਜ਼ਪੁਰ ਸ਼ਿਫਟ ਹੋ ਰਹੇ ਸੀਗੇ, ਤੇ
ਅਸੀਂ ਉੱਪਰੋਂ 7th ਫਲੋਰ ਤੇ ਸਾਡਾ ਸੀਗਾ ਘਰ, ਤੇ ਉਹ ਨੀਚੇ ਟਰੱਕ ਸਮਾਨ ਦਾ ਭਰਿਆ ਹੋਇਆ ਪਿਆ ਜਾ ਰਿਹਾ ਸੀਗਾ, ਉਹਨਾਂ ਨੇ ਸਾਰਾ ਸਮਾਨ ਆਪਣਾ ਹਨਾ ਲੋਡ ਕਰ ਲਿਆ ਜਾਣ ਨੂੰ ਫਿਰੋਜ਼ਪੁਰ, ਇਹ ਉੱਪਰੋਂ ਦੇਖ ਰਿਹਾ ਸਮਾਨ ਨੂੰ, ਤੁਸੀਂ ਕੁਛ ਨਾ ਕੁਛ ਸਮਝ ਗਏ ਹੋਗੇ ਹਨਾ, ਤੇ ਇਹ ਸਮਾਨ ਨੂੰ ਦੇਖ ਰਿਹਾ ਤੇ ਉੱਥੋਂ ਇਹਨੇ ਲਾਈਨ ਚੱਕੀ, ਸਮਾਨ ਬੰਨਿਆ ਪਿਆ ਮੇਰੀ ਜਾਨ ਦਾ, ਮੈਨੂੰ ਛੱਡ ਕੇ ਜਾਣਾ ਹੈ ਮੈਂ ਜਾਣ ਦਾ। ਅੱਛਾ ਉਹ ਇੱਕ ਭਾਬੀ ਸੀਗੇ ਆਪਣੇ, ਅਤੇ ਉਹ ਬੱਚੇ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ, ਅਵਿਆਨ ਉਹਦਾ ਨਾਮ ਹੈ, ਅਤੇ ਉਹ ਇੰਨਾ ਕੁ ਜ਼ਿਆਦਾ ਪਿਆਰ, ਉਹ ਜ਼ਿਆਦਾ ਪਿਆਰ ਲੈਂਦਾ ਸਾਥੋਂ ਹੈ ਨਾ ਚਾਚੂ ਚਾਚੂ ਕਹਿ ਕੇ, ਅਤੇ ਉਦੋਂ ਬਾਅਦ ਉਹ ਸਟਾਰਟ ਹੋਈ ਸੀ ਉਸ ਦਿਨ ਤੋਂ ਕਹਾਣੀ ਸਮਾਨ ਗਾਣੇ ਦੀ। ਸੋ ਇਹਨੇ ਉੱਥੋਂ ਲਿਖਿਆ, ਉੱਥੋਂ ਆਈਡੀਆ ਆਇਆ ਇਹਨੂੰ ਸਮਾਨ ਗਾਣੇ ਉੱਥੋਂ ਲਿਖਿਆ। ਸਮਾਨ ਬੰਨੇ ਆਪ ਆਏ ਮੇਰੀ ਜਾਨ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ, ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ। ਉਦੋਂ ਬਾਅਦ ਅਸੀਂ ਫਿਰ ਕ੍ਰੋਸਵੇਅਰ ਦੇ ਗਾਣੇ ਕਰ ਹੀ ਰਹੇ ਸੀਗੇ, ਅਤੇ ਉਹਦੇ ਵੀ ਜਾ ਕੇ ਸਟੂਡੀਓ 'ਚ ਇੱਕੋ ਦਮ ਉਹਨਾਂ ਨੂੰ ਜਦੋਂ ਸੁਣਾਈ ਇਹ ਚੀਜ਼, ਅਤੇ ਉਹਨੂੰ ਕਹਿੰਦੇ ਯਾਰ ਬਹੁਤ ਅੱਛੀ ਚੀਜ਼ ਬਣ ਸਕਦੀ ਇਹਦੀ, ਅਤੇ ਫਿਰ ਸਟੂਡੀਓ ਦੇ ਵਿੱਚ ਹੀ ਅਸੀਂ ਸਾਰਾ ਪੂਰਾ ਕਰਕੇ ਤੁਹਾਡੇ ਸਾਹਮਣੇ ਆਇਆ। ਵੈਰੀ ਗੁੱਡ। ਅਤੇ ਜਿਵੇਂ ਇਹਦੇ ਨਾਲ ਕੌਣ ਕੌਣ ਜੁੜਦਾ ਗਿਆ, ਹੋਰ ਹੋਰ ਅੱਗੇ ਕੌਣ ਕੌਣ ਮਿਊਜ਼ਿਕ ਦੇ ਤੌਰ 'ਤੇ ਕਿਹਨੂੰ ਜੁੜਿਆ ਨਾਲ, ਫਿਰ ਅੱਗੇ ਵੀਡੀਓ ਦੇ ਤੌਰ 'ਤੇ ਉਹ ਕੌਣ ਕੌਣ ਜੁੜਦਾ ਗਿਆ? ਬਿਲਕੁਲ ਭਾਅ ਜੀ, ਅਸੀਂ ਫਸਟ ਆਫ ਆਲ ਅਸੀਂ ਜਦੋਂ ਬਣਾਇਆ ਇਹ ਗਾਣਾ ਸਥਾਈ ਇਹਦੀ ਅਸੀਂ ਬਣਾਈ, ਅਤੇ ਉਦੋਂ ਬਾਅਦ ਕੰਪੋਜ਼ ਦਾ ਕੰਮ ਸੀਗਾ, ਇਹਨੇ ਇੱਕ ਲਾਈਨ ਲਿਖੀ, ਉਦੋਂ ਬਾਅਦ ਫਿਰ ਕੰਪੋਜ਼ ਥੋੜ੍ਹਾ ਜਿਹਾ ਕਰਨਾ ਸੀ ਜ਼ਿਆਦਾ ਹਨਾ, ਫਿਰ ਉਹ ਕੰਪੋਜ਼ ਕੀਤਾ ਅਤੇ ਸਾਡੇ ਕੋਲ ਸਥਾਈ ਬਣ ਗਿਆ, ਅੰਤਰੇ ਨਹੀਂ ਬਣਾਏ ਸੀ ਅਸੀਂ ਜੀ, ਅਤੇ ਉਦੋਂ ਬਾਅਦ ਸਾਨੂੰ ਜਦੋਂ ਪਤਾ ਲੱਗਿਆ ਵੀ ਕ੍ਰੋਸਵੇਅਰ ਦੇ ਇੱਕ ਸ਼ੋਅ ਆ ਰਿਹਾ ਹਨਾ, ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ, ਕਿਉਂਕਿ ਲਾਈਵ ਇੱਕ ਸਰੀਲੀਆਂ ਚੀਜ਼ਾਂ ਹੋ ਜਾਣੀਆਂ, ਅਤੇ ਵੀ ਹੁਣ ਉਹਨਾਂ ਦੇ ਜਿਹੜੇ ਜੱਸੀ ਭਾਅ ਜੀ ਹੋਰਾਂ ਦੇ ਗਾਣੇ ਨੇ, ਬੀ ਪ੍ਰੈਕੀ ਭਾਅ ਜੀ ਉਹਨਾਂ ਦੇ ਗਾਣੇ, ਉਹ ਰੀਕ੍ਰੀਏਟਿਡ ਨੇ ਸਾਰੇ, ਜਿਹੜੇ ਪਹਿਲਾਂ ਉਹਨਾਂ ਦੇ ਆ ਚੁੱਕੇ ਨੇ। ਹਾਂ ਇਹਨਾਂ ਦੇ ਕ੍ਰੋਸ ਬਲੇਡ ਦੇ ਵਿੱਚ ਉਹਨਾਂ ਦੇ ਰੀਕ੍ਰੀਏਟਿਡ ਗਾਣੇ ਦੁਬਾਰਾ ਆਏ ਅਨਪਲੱਗ, ਠੀਕ ਹੈ ਹਨਾ, ਉਹਨਾਂ ਨੂੰ ਅਨਪਲੱਗ ਦੁਬਾਰਾ ਕੀਤਾ ਗਿਆ, ਤੇ ਉਹ ਕਹਿੰਦੇ ਵੀ ਇੱਕ ਐਸੀ ਵੀ ਚੀਜ਼ ਹੋਣੀ ਚਾਹੀਦੀ ਹੈ ਜਿਹਦੇ ਵਾਓ ਫੈਕਟਰ ਹੋਵੇ, ਤੇ ਉਹਨਾਂ ਨੇ ਫਿਰ ਸਾਨੂੰ ਜਦੋਂ ਬੁਲਾਇਆ, ਤੇ ਅਸੀਂ ਗੁਰਨਜ਼ਰ ਵੀਰਾ ਬਹੁਤ ਹੀ ਅੱਛਾ ਗਾਉਂਦੇ ਨੇ ਤੇ ਬਹੁਤ ਹੀ ਅੱਛੇ ਆਰਟਿਸਟ ਨੇ ਹਨਾ, ਉਹਨਾਂ ਨੇ ਫਿਰ ਸਾਨੂੰ ਬੁਲਾਇਆ ਤੇ ਅਸੀਂ ਉਹਨਾਂ ਨੂੰ ਸੁਣਾਈਆਂ ਚੀਜ਼ਾਂ ਕਾਫੀ, ਤੇ ਉਹਨਾਂ ਨੇ ਇੱਕ ਇਹ ਡਿਸਾਈਡ ਕੀਤਾ, ਇੱਕ ਸਾਡਾ ਨੈਕਸਟ ਜਿਹੜਾ ਐਪੀਸੋਡ ਆ ਰਿਹਾ ਮੌਲਾ ਉਹ ਡਿਸਾਈਡ ਕੀਤਾ, ਅਸੀਂ ਦੋ ਗਾਣੇ ਡਿਸਾਈਡ ਕੀਤੇ, ਤੇ ਸਾਡੇ ਬਹੁਤ ਹੀ ਪਿਆਰੇ ਭਰਾ ਨੇ ਦਿੱਲੀ ਤੋਂ ਜਿਨ੍ਹਾਂ ਨੇ ਪੂਰੀ ਅਰੇਂਜਮੈਂਟ ਕੀਤੀ ਹੈ ਸਾਰੇ ਕ੍ਰੋਸਵੇਅਰ ਲਾਈਵ ਦੀ ਮਿਊਜ਼ਿਕ ਦੇ ਵਿੱਚ, ਗੌਰਵ ਕਾਰਤਿਕ ਦੋਨੇ, ਗੌਰਵ ਦੇਵ ਤੇ ਕਾਰਤਿਕ ਦੇਵ ਬਹੁਤ ਅੱਛੇ ਤੇ ਬਹੁਤ ਹੀ ਸੁਲਝੇ ਹੋਏ ਮਿਊਜ਼ਿਕ ਡਾਇਰੈਕਟਰ ਨੇ ਹਨਾ, ਤੇ ਬਸ ਉਹ ਜੁੜ ਗਏ ਨਾਲ, ਗੁਰਨਜ਼ਰ ਵੀਰਾ ਜੁੜ ਗਿਆ, ਉਦੋਂ ਬਾਅਦ EYP ਦੀ ਸਾਰੀ ਟੀਮ, ਕ੍ਰੋਸਵੇਅਰ ਦੀ ਸਾਰੀ ਟੀਮ, ਸਪੀਡ ਦੀ ਸਾਰੀ ਟੀਮ, ਜਦੋਂ ਸਾਰੀ ਟੀਮ ਜੁੜ ਕੇ ਕੀਤਾ ਤੇ ਉਹ ਤੁਹਾਡੇ ਸਾਹਮਣੇ, ਉਹ ਸਾਹਮਣੇ ਆਇਆ ਸਭ ਦੇ। ਯੈਸ, ਅਗਰ ਸ਼ਾਹਰੁਖ ਆਪਾਂ ਗੱਲ ਕਰੀਏ ਕਿ ਦੇਖੋ ਸਮਾਨ ਗਾਣਾ ਆ ਗਿਆ, ਲੋਕਾਂ ਨੇ ਸੁਣ ਲਿਆ, ਉਹ ਤੋਂ ਬਾਅਦ ਨਾ ਤੁਸੀਂ ਜਿੱਥੇ ਜਾਂਦੇ ਹੋ ਜਾਂ ਘਰੇ ਘਰੇ ਬੈਠੇ ਹੀ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ੍ਹਦੇ ਹੋ ਜਾਂ ਇੰਸਟਾਗ੍ਰਾਮ 'ਤੇ ਜੋ ਵੀ ਥੱਲੇ ਕਮੈਂਟ ਪੜ੍ਹਦੇ ਹੋ, ਕਿਹੜੇ ਕਿਹੜੇ ਰਿਸਪੋਂਸ ਜਿਹੜੇ ਤੁਹਾਨੂੰ ਚੰਗੇ ਲੱਗੇ ਯਾਰ, ਕੁਝ ਵੱਖਰਾ ਜਿਹਾ ਲੱਗਿਆ ਯਾਰ, ਕਿਸੇ ਨੇ ਯਾਰ ਆਹ ਚੀਜ਼ ਲਿਖੀ ਇਸ ਗਾਣੇ ਨੂੰ ਦੇਖ ਕੇ ਸੁਣ ਕੇ, ਕੋਈ ਐਸਾ ਯਾਦ ਹੈ? ਕਿਉਂਕਿ ਇੱਕ ਵਾਰੀ ਅਸੀਂ ਸ਼ੋਅ ਕੀਤਾ ਸੀਗਾ ਅਤੇ ਉੱਥੇ ਬਲੈਸਿੰਗ ਦਿੱਤੀਆਂ ਸਾਨੂੰ ਕਿਸੇ ਨੇ, ਕਹਿੰਦੇ ਤੁਸੀਂ ਨੁਸਰਤ ਸਾਹਿਬ ਥੋੜੇ ਜਿਹਾ ਸਾਨੂੰ ਝਲਕ ਪਈ ਉਹਨਾਂ ਦੀ। ਹਾਏ ਹਾਏ, ਵੈਰੀ ਗੁੱਡ। ਇਸ ਗਾਣੇ ਦੇ ਕਮੈਂਟ ਸਾਨੂੰ ਬਹੁਤ ਅੱਛੇ ਆਏ ਆ। ਇੱਕ ਮੈਂ ਕਮੈਂਟ ਪੜ੍ਹ ਰਿਹਾ ਸੀਗਾ ਜਦੋਂ ਦਿਲ ਨਾਲ ਚੀਜ਼ ਬਣਾਇਆ, ਉਹਦੇ ਕਮੈਂਟ ਵੀ ਫਿਰ ਸਾਨੂੰ ਅੱਛੇ ਲੱਗੇ। ਜਦੋਂ ਉਹਨੇ ਲਿਖਿਆ ਕਹਿੰਦਾ ਮੇਰੇ ਮੰਮਾ ਜਾ ਰਹੇ ਸੀ, ਉਹਨਾਂ ਦਾ ਨਾ ਐਕਸੀਡੈਂਟ 'ਚ ਉਹਨਾਂ ਦਾ ਮਤਲਬ ਡੈਥ ਹੋ ਗਈ ਸੀ, ਕਹਿੰਦੇ ਵੀ ਉਹ ਚੀਜ਼ਾਂ ਮੈਂ ਯਾਦ ਕਰਕੇ ਅਤੇ ਮੈਂ ਗਾਣੇ ਨੂੰ ਸੁਣ ਕੇ ਰੋ ਰਿਹਾ। ਉਹ ਚੀਜ਼ ਸਾਨੂੰ ਇੰਨੀ ਟੱਚ ਕਰੀ ਵੀ ਯਾਰ ਅਸੀਂ ਕਿਸੇ ਦੇ ਹੈ ਨਾ ਵੀ ਜ਼ਰੀਆ ਬਣੇ ਇਸ ਚੀਜ਼ ਦਾ, ਲੋਕਾਂ ਨੂੰ ਇੰਨੀ ਪਸੰਦ ਆਈ ਆਪਦੇ ਇਮੋਸ਼ਨਾਂ ਨੂੰ, ਉਹਨਾਂ ਨੇ ਆਪ ਇਸ ਚੀਜ਼ ਨੂੰ ਸੁਣਿਆ, ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ। ਅੱਛਾ, ਮੈਂ ਸਾਰੇ ਕਮੈਂਟ ਪੜ੍ਹਦਾ ਰਹਿੰਦਾ ਹੁੰਦਾ ਮੈਂ ਵੀ। ਅੱਛਾ, ਕੋਈ ਵੀ ਕਮੈਂਟ ਨੈਗੇਟਿਵ ਨਹੀਂ ਆਇਆ ਮੈਨੂੰ ਸਭ। ਯੈਸ, ਇਹ ਹੁੰਦੀ ਹੈ ਯਾਰ ਵੱਡੀ ਗੱਲ। ਤੇ ਇੰਸਟਾਗ੍ਰਾਮ ਤੇ ਮੈਂਸ਼ਨਸ ਰੋਜ਼ ਆ ਰਹੇ ਨੇ, ਬਹੁਤ ਜ਼ਿਆਦਾ ਆ ਰਹੇ ਨੇ, ਔਨ ਰਿਪੀਟ ਆ ਰਹੇ ਨੇ। ਹਾਂ, ਇਹ ਸਾਰੇ ਕਮੈਂਟ ਇਹ ਕਰ ਰਹੇ ਵੀ ਅਸੀਂ ਔਨ ਰਿਪੀਟ ਤੇ ਸੁਣ ਰਹੇ ਆ ਚੀਜ਼ ਨੂੰ, ਜਿੱਦਣ ਦਾ ਆਇਆ ਹਫਤਾ, ਲੋਕ ਕਹਿੰਦੇ ਸਾਨੂੰ ਹਫਤਾ ਹੋ ਗਿਆ ਤੇ ਅਸੀਂ ਉਹੀ ਗਾਣੇ ਤੇ ਅੜਕ ਚੁੱਕੇ ਆ, ਕਹਿੰਦੇ ਵੀ ਅਸੀਂ ਹੋਰ ਕੋਈ ਗਾਣੇ ਨਹੀਂ ਸੁਣਦੇ, ਜ਼ਹਿਨ ਚ ਜਾ ਨਹੀਂ ਰਿਹਾ। ਅੱਛਾ ਬਬਲੂ, ਇਸ ਤੋਂ ਬਾਅਦ ਜੀ ਇਹ ਗਾਣੇ ਤੋਂ ਬਾਅਦ ਤੁਹਾਡੀ ਹੁਣ ਨਿਗਾਹ ਰਹਿੰਦੀ ਹੁੰਦੀ ਹੈ ਹਸਨ ਦੇ ਉੱਤੇ? ਹੁਣ ਦੱਸ ਕੀ ਲਿਖਿਆ, ਕੁਝ ਹੋਰ ਕੋਈ ਨਵੀਂ ਲਾਈਨ ਆਈ ਕਿ ਨਹੀਂ ਦਿਮਾਗ 'ਚ ਕੋਈ? ਨਹੀਂ ਬਾਈ, ਮੈਂ ਸੱਚੀ ਭਾਅ ਜੀ ਇਹ ਤਾਂ ਮੈਂ ਹੁਣ ਰੋਜ਼ ਇਹੀ ਗੱਲਾਂ ਹੁੰਦੀਆਂ ਜਦੋਂ ਗੱਡੀ 'ਚ ਜਾਣਾ, ਕੁਛ ਲਿਖਿਆ ਕੁਛ। ਅੱਛਾ, ਇਹ ਦੱਸਦਾ ਨਹੀਂ ਨਾ ਛੇਤੀ, ਅੱਛਾ ਇਹਦੀ ਇਹ ਪ੍ਰੋਬਲਮ, ਦੱਸਦਾ ਨਹੀਂ ਹੈ ਸਾਨੂੰ, ਇਹਨੂੰ ਇਹ ਕਿਉਂ ਮੈਂ ਬਣਾ ਕੇ ਦੱਸਾਂ, ਇਦਾਂ ਤੂੰ ਰਹਿ ਕਿਉਂ ਦੱਸਾਂ ਤਾਂ ਕਰਕੇ। ਬਿਲਕੁਲ, ਪਰ ਇਹਨੇ ਇੰਨੀਆਂ ਕੁ ਅੱਛੀਆਂ ਚੀਜ਼ਾਂ ਜੋ ਹੁਣ ਨੈਕਸਟ ਅਸੀਂ ਬਹੁਤ ਜਲਦ ਤੁਹਾਨੂੰ ਸੁਣਨ ਨੂੰ ਮਿਲਣਗੀਆਂ, ਮਾਈਂਡ ਬਲੋਇੰਗ। ਵੈਰੀ ਗੁੱਡ, ਉਹਦੀ ਆਪਾਂ ਗੱਲ ਕਰਾਂਗੇ। ਅੱਛਾ, ਤੁਸੀਂ ਤੁਹਾਡਾ ਇਹ ਫਸਟ ਐਕਸਪੀਰੀਅੰਸ ਹੈ ਸਿੰਫਨੀ ਆਰਕੈਸਟਰਾ ਦੇ ਨਾਲ ਪਰਫਾਰਮੈਂਸ ਦੇਣ ਦਾ, ਅਨਪਲੱਗਡ ਜਿਹੜੇ ਇੰਨੇ 15-20 ਮਿਊਜ਼ੀਸ਼ੀਅਨ, ਅਕਸਰ ਤੁਸੀਂ ਲਾਈਵ ਸ਼ੋਅਜ਼ ਕਰਦੇ ਹੋ
ਇੰਸਟਰੂਮੈਂਟਸ ਜਾਂ ਮਿਊਜ਼ੀਸ਼ੀਅਨ ਉੱਥੇ ਵੀ ਹੁੰਦੇ ਆ ਪਰ ਉਹ ਬੜੇ ਲਿਮਿਟਿਡ ਹੁੰਦੇ ਆ, ਹਨਾ, 4-5-6-7-8 ਇੰਨੇ ਮਿਊਜ਼ੀਸ਼ੀਅਨ ਹੋ ਗਏ, ਪਰ ਇੱਥੇ ਕੋਈ ਵੱਡੀ ਤਾਦਾਦ ਔਰ ਕੁਛ ਅਲੱਗ ਕੁਆਲਿਟੀ ਹੋਈ, ਇਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਿਲਕੁਲ ਬਹੁਤ ਅੱਛਾ ਭਾਅ ਜੀ, ਕਿਉਂਕਿ ਸਾਨੂੰ ਚਾਹੀਦਾ ਹੀ ਇੱਦਾਂ ਦੀਆਂ ਚੀਜ਼ਾਂ ਨੇ, ਹਨਾ, ਵੀ ਅਸੀਂ ਅਕਸਰ ਜਦੋਂ ਵੀ ਸੁਣਦੇ ਹਾਂ ਚੀਜ਼ਾਂ ਨੂੰ ਤੇ ਕੋਕ ਸਟੂਡੀਓ ਕਿੱਡਾ ਵੱਡਾ ਲੈਵਲ ਹੈ ਨਾ, ਉਹਨਾਂ ਦੀਆਂ ਉਹ ਚੀਜ਼ਾਂ ਮਜ਼ਾ ਦਿੰਦੀਆਂ ਨੇ ਤੇ ਉਹ ਸੁਣਨ ਨੂੰ ਵੀ ਬਹੁਤ ਅੱਛੀਆਂ ਲੱਗਦੀਆਂ ਨੇ, ਤੇ ਜਦੋਂ ਤੁਸੀਂ ਲੌਂਗ ਡਰਾਈਵ ਤੇ ਜਾ ਰਹੇ ਹੋ ਕਿਤੇ ਤੇ ਉੱਥੇ ਫਿਰ ਉਹ ਮਜ਼ਾ ਦਿੰਦੀਆਂ ਅਸਲ ਚੀਜ਼ਾਂ, ਤੇ ਉਹ ਸਿਸਟਮ ਨੂੰ ਦੇਖ ਕੇ ਅਸੀਂ ਸਾਨੂੰ ਬਹੁਤ ਮਜ਼ਾ ਆਇਆ ਕਿਉਂਕਿ ਸਾਰੇ ਆਪਣੇ ਆਪਣੇ ਕੰਮ 'ਚ ਖਾਨ ਸਾਹਿਬ ਬੰਦੇ ਨੇ, ਹਨਾ, ਜਿਹਨੇ ਵਾਇਲਨ ਵਜਾਈ, ਜਿਹਨੇ ਤਬਲਾ ਵਜਾਇਆ, ਤੇ ਜਿਹਨਾਂ ਨੇ ਵੀ ਜੋ ਜੋ ਇੰਸਟਰੂਮੈਂਟ ਯੂਜ਼ ਕੀਤੇ ਹਨਾ ਵਜਾਏ, ਤੇ ਉਹ ਸਾਰੇ ਆਪਣੇ ਆਪਣੇ ਕੰਮ 'ਚ ਮਾਹਿਰ ਨੇ, ਮਾਹਿਰ ਨੇ, ਸਹੀ ਗੱਲ ਹੈ, ਤੇ ਉਹਨੂੰ ਮਾਹਿਰਾਂ ਨਾਲ ਕੰਮ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਮਜ਼ਾ ਆ ਜਾਂਦਾ। ਕੋਈ ਐਸਾ ਵੀ ਲੱਗਿਆ ਤੁਹਾਨੂੰ ਕਿ ਵੀ ਯਾਰ ਹੁਣ ਇਹ ਕਰਨ ਤੋਂ ਬਾਅਦ, ਸਮਾਨ ਗਾਣਾ ਆਉਣ ਤੋਂ ਬਾਅਦ, ਲਾਈਵ ਅਨਪਲੱਗਡ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਿਆ ਯਾਰ ਅਸੀਂ ਨਾ ਆਪਣੀ ਟੀਮ ਦੇ ਵਿੱਚ ਨਾ ਹੁਣ ਆਹ ਇੰਸਟਰੂਮੈਂਟ ਹੋਰ ਲੈ ਕੇ ਆਈਏ, ਸਵਾਦ ਹੋਰ ਆਊਗਾ ਫਿਰ? ਬਿਲਕੁਲ ਕੋਈ ਹੈ ਇਸ ਇੰਸਟਰੂਮੈਂਟ? ਬਿਲਕੁਲ ਭਾਜੀ, ਅਸੀਂ ਕਾਫੀ ਚੇਂਜਸ ਕੀਤੇ ਨੇ ਹੁਣ, ਕਿਉਂਕਿ ਅਸੀਂ ਡਰਮ ਨਹੀਂ ਕਿਤੇ ਯੂਜ਼ ਕਰਦੇ ਸੀ ਪਹਿਲਾਂ, ਪਰ ਹੁਣ ਡਰਮ ਵੀ ਆ ਗਿਆ, ਗਿਟਾਰ ਆ ਗਏ ਨੇ, ਤੇ ਇਨਸ਼ਾਅੱਲਾ ਅੱਛੀਆਂ ਅੱਛੀਆਂ ਚੀਜ਼ਾਂ ਅਸੀਂ ਹੋਰ ਵੀ, ਸਾਨੂੰ ਹੌਲੀ 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 ਜਿੱਦਾਂ ਜਿੱਦਾਂ ਸਿਸਟਮ ਬਣਦਾ ਜਾਏਗਾ ਤੇ ਅਸੀਂ ਐਡ ਆਨ ਕਰਦੇ ਜਾਵਾਂਗੇ ਸਾਜ ਵੀ, ਤੇ ਇਨਸ਼ਾਅੱਲਾ ਤੁਸੀਂ ਅੱਛੀ, ਅਸੀਂ ਅੱਛੀ ਸੋਚ ਰੱਖੀ ਵੀ ਹੈ ਵੀ ਅਸੀਂ ਆਹ ਕਰਨਾ, ਤੇ ਇਨਸ਼ਾਅੱਲਾ ਉਹ ਅੱਲਾ ਪੂਰੀ ਕਰੇਗਾ। ਵੈਰੀ ਗੁੱਡ। ਅੱਛਾ, ਅਕਸਰ ਜਦੋਂ ਤੁਸੀਂ ਲਾਈਵ ਸ਼ੋਅਜ਼ ਕਰਦੇ ਹੁੰਦੇ ਹੋ, ਲਾਈਵ ਸ਼ੋਅ ਦੇ ਵਿੱਚ ਕਿਹੜਾ ਗਾਣਾ ਐਸਾ ਹੈ ਜਿਹਦੀ ਰਿਕੁਐਸਟ ਰਿਪੀਟ ਤੇ ਆਉਂਦੀ ਹੈ ਕਿ ਯਾਰ ਬਾਈ ਉਹ ਵਾਲਾ ਗਾਣਾ ਗਾਓ ਯਾਰ, ਜਿਨ੍ਹਾਂ ਨੇ ਪਹਿਲਾਂ ਵੀ ਕਦੇ ਕਿਸੇ ਹੋਰ ਸ਼ੋਅ 'ਚ ਤੁਹਾਡੇ ਤੋਂ ਸੁਣਿਆ ਹੁੰਦਾ ਜਾਂ ਯੂਟਿਊਬ 'ਤੇ ਸੁਣਿਆ ਹੁੰਦਾ, ਉਹਨਾਂ ਨੂੰ ਯਾਦ ਹੁੰਦਾ ਕਿ ਜਦੋਂ ਅਲੀ ਬ੍ਰਦਰਸ ਆਣਗੇ ਨਾ ਲਾਈਵ ਸ਼ੋਅ ਲਾਉਣਗੇ, ਅਸੀਂ ਉਹ ਵਾਲਾ ਗਾਣਾ ਸੁਣਾਂਗੇ ਉਹਨਾਂ ਤੋਂ, ਕਿਹੜਾ ਗਾਣਾ ਰਿਪੀਟ ਤੇ? ਬਹੁਤ ਗਾਣੇ ਨੇ, ਕਾਫੀ ਗਾਣੇ ਨੇ ਭਾਅ ਜੀ, ਪਰ ਇੱਕ ਗਾਣਾ ਸਾਡਾ ਬਹੁਤ ਅੱਛਾ ਗਾਣਾ, ਉਹ ਸਾਡੇ ਵੀ ਦਿਲ ਦੇ ਗਰੀਬ ਆ ਕਿਉਂਕਿ ਉਹ ਗਾਣਾ ਬਹੁਤ ਹੀ ਅੱਛਾ ਪਿਆਰੀ ਮੈਲੋਡੀ ਹੈ ਨਾ, ਤੈਨੂੰ ਪਾ ਕੇ ਰੱਬ ਵੇਖਣ ਦਾ, ਮੈਂ ਤੁਹਾਨੂੰ ਸੁਣਾਉਣਾ। ਆਜੋ ਆਜੋ ਆਜੋ। ਤੈਨੂੰ ਪਾ ਕੇ ਰੱਬ ਵੇਖਣ ਦਾ ਹੋਇਆ ਖਤਮ ਝਮੇਲਾ ਏ, ਤੈਨੂੰ ਪਾ ਕੇ ਰੱਬ ਵੇਖਣ ਦਾ ਹੋਇਆ ਖਤਮ ਝਮੇਲਾ ਏ, ਹੋ ਦੁਨੀਆਂ 'ਚ ਸਭ ਸੋਹਣੇ ਦਿਲ ਮਿਲਿਆਂ ਦਾ ਮੇਲਾ ਏ, ਹੋ ਦੁਨੀਆਂ 'ਚ ਸਭ ਸੋਹਣੇ ਦਿਲ ਮਿਲਿਆਂ ਦਾ ਮੇਲਾ ਏ, ਹੋ ਦੁਨੀਆਂ 'ਚ ਸਭ ਸੋਹਣੇ ਦਿਲ ਮਿਲਿਆਂ ਦਾ ਮੇਲਾ ਏ, ਤੇਰੇ ਨਾਂ ਦੀ ਜਦੋਂ ਦੀ ਫੜੀ ਮਾਲਾ, ਤੇਰੇ ਨਾਂ ਦੀ ਜਦੋਂ ਦੀ ਫੜੀ ਮਾਲਾ, ਚੱਕਰ ਮੁੱਕਿਆ ਰਾਤ ਦਿਨ ਵਾਲਾ, ਚੱਕਰ ਮੁੱਕਿਆ ਰਾਤ ਦਿਨ ਵਾਲਾ, ਹੁਣ ਹਰ ਪਲ ਸਾਡੇ ਲਈ, ਹੁਣ ਹਰ ਪਲ ਸਾਡੇ ਲਈ ਉਹ ਬਸ ਅੰਮ੍ਰਿਤ ਵੇਲਾ ਏ, ਹੋ ਦੁਨੀਆਂ 'ਚ ਸਭ ਸੋਹਣੇ ਦਿਲ ਮਿਲਿਆਂ ਦਾ ਮੇਲਾ ਏ, ਹੋ ਦੁਨੀਆਂ 'ਚ ਸਭ ਸੋਹਣੇ ਦਿਲ ਮਿਲਿਆਂ ਦਾ ਮੇਲਾ ਏ। ਬਹੁਤ ਹੀ ਖੂਬਸੂਰਤ, ਬਹੁਤ ਹੀ ਆਨੰਦ। ਅੱਛਾ, ਜਦੋਂ ਤੁਸੀਂ ਲਾਈਵ ਸ਼ੋਅ ਕਰਦੇ ਹੋ, ਇੰਨੇ ਟਾਈਮ ਤੋਂ ਕਰਦੇ ਆ ਰਹੇ ਹੋ ਜੀ, ਜਦੋਂ ਜਿਹੜੇ ਬੰਦੇ ਨੂੰ ਸੁਰਾਂ ਦਾ ਗਿਆਨ ਹੋ ਜੇ ਜੀ, ਕੀ ਜਿਹੜੇ ਬੰਦੇ ਨੂੰ ਸੁਰਾਂ ਦਾ ਗਿਆਨ ਹੋ ਜੇ, ਕੀ ਇਹ ਨਾਲ ਦੀ ਨਾਲ ਕੁਦਰਤੀ ਹੋ ਜਾਂਦਾ ਕਿ ਉਹਨੂੰ ਇੰਸਟਰੂਮੈਂਟ ਵਜਾਉਣੇ ਆ ਜਾਂਦੇ ਹੈ? ਸ਼ਾਹਰੁਖ, ਆਉਂਦਾ ਕੋਈ ਇੰਸਟਰੂਮੈਂਟ ਵਜਾਉਣਾ ਜਾਂ ਤੁਸੀਂ ਆਪ ਵਜਾ ਲੈਂਦੇ? ਬਾਈ ਕੋਸ਼ਿਸ਼ ਕਰਦੇ ਹਾਂ ਵਜਾਉਣ ਦੀ, ਹਾਰਮੋਨੀਅਮ ਵਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਇੰਸਟਰੂਮੈਂਟ ਬਬਲੂ ਵੀਰਾ ਜਿਹੜਾ ਉਹ ਹਾਰਮੋਨੀਅਮ ਬਹੁਤ ਅੱਛਾ ਵਜਾ ਲੈਂਦੇ ਨੇ। ਅੱਛਾ, ਤੇ ਮੈਂ ਢੋਲਕ ਥੋੜੀ ਮੋਟੀ ਵਜਾ ਲੈਣਾ ਹੈ, ਹੁੰਦਾ ਥੋੜਾ ਜਿਹਾ ਜਦੋਂ ਬੰਦਾ ਮਿਊਜ਼ਿਕ 'ਚ ਰਹਿੰਦਾ, ਮਿਊਜ਼ਿਕ 'ਚ ਰਹਿੰਦਾ ਉਹ ਬੰਦੇ ਨੂੰ ਆਟੋਮੈਟਿਕ ਚੀਜ਼ਾਂ ਆਉਣ ਲੱਗ ਜਾਂਦੀਆਂ ਢੋਲਕਲੀ। ਜਿਵੇਂ ਚਲੋ ਠੀਕ ਹੈ, ਦੋ ਥਾਪਾਂ ਹੁੰਦੀਆਂ, ਇਹ ਉਹ ਹੈ ਨਾ, ਆਹ ਆਪਾਂ ਸਕੂਲਾਂ 'ਚ ਤਾਂ ਬੈਂਚ 'ਚ ਡਿੰਗ ਡੱਕ ਡੱਕ ਇੱਥੇ ਵੀ ਐਂ ਕਰਦੇ, ਜਿਵੇਂ ਹੁਣ ਜੇ ਹਨਾ ਟੇਬਲ ਹੈ, ਟੇਬਲ 'ਤੇ ਕੋਈ ਢੋਲ ਦੀ ਕੋਈ ਛੇੜ ਨਹੀਂ ਹੋਵੇ, ਠੀਕ ਹੈ, ਤੁਸੀਂ ਛੇੜੋਗੇ ਔਰ ਤੁਸੀਂ ਕੋਈ ਵੀ ਗਾਣਾ ਚੱਕ ਲਿਓ, ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ 'ਤੇ ਚੱਕਣਾ, ਪਰ ਇਹਦੀ ਢੋਲ ਦੀ ਤਾਲ 'ਤੇ ਚੱਕਣਾ ਕੋਈ ਵੀ ਗਾਣਾ, ਠੀਕ ਹੈ, ਤੁਹਾਡੀ ਮਰਜ਼ੀ ਹੋਊਗੀ, ਉਹ ਦੱਸਣਾ ਨਹੀਂ ਹੈ, ਤੁਸੀਂ ਉਹ ਵਜਾਓ। ਵਜਾਉਣਾ ਕਹਿਰ ਵੀ ਹੈ ਨੇ ਉਹ ਅੱਖੀਆਂ ਉਡੀਕਦੀਆਂ ਦਿਲ ਬਾਜਾ ਮਾਰਦਾ, ਅੱਖੀਆਂ ਉਡੀਕਦੀਆਂ ਦਿਲ ਬਾਜਾ ਮਾਰਦਾ, ਆਜਾ ਪਰਦੇਸੀਆ, ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ, ਆਜਾ ਤੈਨੂੰ ਅੱਖੀਆਂ ਉਡੀਕਦੀਆਂ ਯਾਰ ਨਾ, ਤੈਨੂੰ ਅੱਖੀਆਂ ਉਡੀਕ
ਓ ਛੇਤੀ ਆ ਜਾ ਡੋਲਣਾ ਵੇ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਵੈਰੀ ਗੁੱਡ ਵੈਰੀ ਨਾਈਸ ਵੈਰੀ ਨਾਈਸ ਅੱਛਾ ਬਬਲੂ ਅਕਸਰ ਸਿੰਗਰਸ ਇਹ ਕਹਿੰਦੇ ਆ ਬਹੁਤ ਸਾਰੇ ਸਿੰਗਰਸ ਐਸੇ ਹੈ ਜਿਹੜੇ ਇਹ ਕਹਿੰਦੇ ਆ ਕਿ ਵੀ ਜਿਹੜਾ ਗਾਣਾ ਤੁਸੀਂ ਹੁਣ ਸੁਣ ਰਹੇ ਹੋ ਇਹ ਗਾਣਾ ਮੇਰਾ ਇੰਨੇ ਸਾਲ ਪਹਿਲਾਂ ਦਾ ਲਿਖਿਆ ਹੋਇਆ ਜੀ ਜੀ ਤੇ ਯਾਨੀ ਕਿ ਉਹਨਾਂ ਕੋਲ ਅਸਲਾ ਮਸਾਲਾ ਬਹੁਤ ਹੈ ਗਾਣਿਆਂ ਦਾ ਤੁਹਾਡੇ ਕੋਲ ਮਸਾਲਾ ਤਿਆਰ ਹੈ ਜਾਂ ਜੋ ਆਉਂਦਾ ਔਨ ਦਾ ਸਪੋਟ ਹੀ ਆਉਂਦਾ ਤੇ ਫਿਰ ਨਾਲ ਦੀ ਨਹੀਂ ਭਾਅ ਜੀ ਬਹੁਤ ਅੱਛੇ ਅੱਛੇ ਸੌਂਗਸ ਪਏ ਨੇ ਜਿਹੜੇ ਸਾਡੇ ਤੋਂ ਸਾਡੇ ਕੋਲ ਕਿੰਨੇ ਸਾਲ ਹੋ ਗਏ ਨੇ ਪਏ ਨੇ ਅੱਛਾ ਤੇ ਉਹ ਮੈਂ ਅਸਲ ਵਿੱਚ ਅਸੀਂ ਗਾਣਾ ਕਰਨ ਨੂੰ ਕਰ ਦਈਏ ਹਾਂ ਵੀ ਹਫ਼ਤੇ ਬਾਅਦ ਵੀ ਕਰਦੀ ਮਹੀਨੇ ਬਾਅਦ ਵੀ ਕਰਦੀ ਪਰ ਉਸ ਚੀਜ਼ ਦਾ ਮੈਨੂੰ ਮਜ਼ਾ ਨਹੀਂ ਲੱਗਦਾ ਕਿਉਂਕਿ ਉਹ ਗਾਣੇ ਨਾਲ ਇਨਸਾਫ਼ ਹੋਣਾ ਚਾਹੀਦਾ ਹਾਂ ਉਹ ਜਿੱਡਾ ਗਾਣਾ ਉਹਨੂੰ ਓਡਾ ਹੀ ਕੰਮ ਮਿਲਣਾ ਚਾਹੀਦਾ ਤੇ ਇਹ ਮੇਰੀ ਸੋਚ ਹੈ ਬਾਕੀ ਹਰੇਕ ਦੀ ਅਲੱਗ ਅਲੱਗ ਸੋਚ ਹੁੰਦੀ ਹੈ ਹਰੇਕ ਸਿੰਗਰ ਦੀ ਅਲੱਗ ਅਲੱਗ ਸੋਚ ਹੈ ਪਰ ਮੈਨੂੰ ਇਹੀ ਸੋਚ ਲੱਗਦੀ ਹੈ ਕਿਉਂਕਿ ਮੈਂ ਅਕਸਰ ਗਾਣੇ ਦੀਆਂ ਕੰਪੋਜ਼ਾਂ ਮੈਂ ਕਰਦਾ ਤੇ ਅਸੀਂ ਤਿੰਨੇ ਕਰਦੇ ਹਾਂ ਪਰ ਮੈਂ ਥੋੜ੍ਹਾ ਜਿਹਾ ਮੈਨੂੰ ਮੈਂ ਡੀਪਲੀ ਕਰਦਾ ਹੁੰਦਾ ਹਰੇਕ ਚੀਜ਼ ਨੂੰ ਤੇ ਵੀ ਨਵੇਂ ਨਵੇਂ ਜਿਹੜੇ ਵੀ ਸਾਡੇ ਕੋਲ ਕਲਾਮ ਆਉਂਦੇ ਆ ਜਾਂ ਗਾਣੇ ਆਉਂਦੇ ਤਾਂ ਮੈਂ ਉਹਨਾਂ ਨੂੰ ਓਨੀ ਕੁ ਜ਼ਿਆਦਾ ਅੱਛੀ ਚੀਜ਼ ਬਣਾ ਸਕਾਂ ਵੀ ਫਿਰ ਲੋਕਾਂ ਨੂੰ ਵੀ ਉਸ ਚੀਜ਼ ਦਾ ਮਜ਼ਾ ਇਹ ਚੀਜ਼ ਔਰ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਵੇਟ ਵੀ ਇਸ ਟਾਈਮ ਦੀ ਸੀ ਕਿ ਜਦੋਂ ਕੋਈ ਇਹੋ ਜਿਹਾ ਟਾਈਮ ਆਵੇ ਜਦੋਂ ਅਸੀਂ ਹੋਰ ਜ਼ਿਆਦਾ ਤਰੀਕੇ ਨਾਲ ਆਈਏ ਹਨਾ ਹੋਰ ਤਰੀਕੇ ਨਾਲ ਅਸੀਂ ਲੋਕਾਂ ਨਾਲ ਲੋਕਾਂ ਦੀ ਮੁਹੱਬਤ ਲਈ ਮੈਨੂੰ ਲੱਗਦਾ ਉਹ ਟਾਈਮ ਆ ਗਿਆ ਹੁਣ ਕਿਉਂਕਿ ਜੇ ਅੱਲਾ ਨੇ ਸਾਨੂੰ ਕੁਛ ਦਿੱਤਾ ਤਾਂ ਸਾਨੂੰ ਦੇਣਾ ਚਾਹੀਦਾ ਅੱਛਾ ਚੀਜ਼ਾਂ ਸਹੀ ਗੱਲ ਔਰ ਜਿਵੇਂ ਹੁਣ ਤੁਹਾਡਾ ਇਹ ਸਮਾਨ ਗਾਣਾ ਆਇਆ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਇੰਡ ਚ ਇਹ ਵੀ ਹੁੰਦਾ ਹੋਣਾ ਜਿਹੜਾ ਅਗਲਾ ਗਾਣਾ ਜਿੱਦਣ ਵੀ ਆ ਗਿਆ ਲੋਕਾਂ ਦੀਆਂ ਜੇ ਉਮੀਦਾਂ ਇੱਥੇ ਹੈ ਨਾ ਤਾਂ ਅਗਲੇ ਗਾਣੇ ਤੋਂ ਉਮੀਦਾਂ ਇੱਥੇ ਹੋਣੀਆਂ ਚਾਹੀਦੀਆਂ ਹੋਣਗੀਆਂ ਲੋਕਾਂ ਦੀਆਂ ਇੱਥੇ ਹੋਣਗੀਆਂ ਔਰ ਤੁਸੀਂ ਵੀ ਉਹ ਫੁਲਫਿਲ ਕਰਨੀਆਂ ਨੇ ਕਿ ਭਾਈ ਜੇ ਤੁਸੀਂ ਇਹ ਸੋਚਿਆ ਸਾਡੇ ਤੋਂ ਅਸੀਂ ਦੇਵਾਂਗੇ ਤੇ ਅਗਲਾ ਕੀ ਕੀ ਚੱਲ ਰਿਹਾ ਮਾਇੰਡ 'ਚ ਗਾਣਾ ਰੈਡੀ ਹੋ ਚੁੱਕਿਆ ਅਗਲੇ ਕਦੋਂ ਤੱਕ ਆ ਰਿਹਾ ਔਰ ਕੀ ਹੈ ਗਾਣਾ ਇੱਕ ਕ੍ਰੋਸ ਬਲੇਡ ਲਾਈਵ ਦਾ ਇੱਕ ਗਾਣਾ ਹੋਰ ਆਇਆ ਕਲਾਮ ਹੋਰ ਆ ਰਿਹਾ ਉਸ ਸੈਕਿੰਡ ਸਾਡਾ ਸੀਜ਼ਨ ਆਏਗਾ ਜਿਹੜਾ ਹਾਂ ਹਨਾ ਸੀਜ਼ਨ ਇੱਕੋ ਹੀ ਹੈ ਹਾਂ ਮੌਲਾ ਮੇਰੇ ਰਹਿ ਸਕੂ ਨਾ ਬਿਨ ਤੇਰੇ ਮੌਲਾ ਮੇਰੇ ਕੈਸੇ ਤੇਰੇ ਰੰਗ ਹੈ ਸਭ ਕੇ ਤੂੰ ਹੀ ਸੰਗ ਹੈ ਕੈਸੇ ਤੇਰੇ ਰੰਗ ਹੈ ਸਭ ਕੇ ਤੂੰ ਹੀ ਸੰਗ ਹੈ ਮੇਰੇ ਮੌਲਾ ਜੀ ਨੇ ਕਾ ਤੂਨੇ ਦਿਆ ਢੰਗ ਹੈ ਮੇਰੇ ਮੌਲਾ ਜੀ ਨੇ ਕਾ ਤੂਨੇ ਦਿਆ ਢੰਗ ਹੈ ਕਰਤਾ ਹੈ ਦੂਰ ਅੰਧੇਰੇ ਮੌਲਾ ਮੇਰੇ ਆਓ ਅਗਰ ਸਾਹਮਣੇ ਤੇਰੇ ਸੰਗ ਕੁਛ ਬਾਤੇ ਕਰੂੰ ਮਿਲਾ ਦੋ ਸਜਨ ਮੇਰਾ ਤੇਰੀ ਚੌਖਟ ਪੇ ਸਰ ਮੈਂ ਧਰੂੰ ਮਿਲਾ ਦੋ ਸਜਨ ਮੇਰਾ ਤੇਰੀ ਚੌਖਟ ਪੇ ਸਰ ਮੈਂ ਧਰੂੰ ਤਨਹਾਈਓ ਨੇ ਹੈਗੇਰੇ ਮੌਲਾ ਮੇਰੇ ਵੈਰੀ ਨਾਈਸ ਫੈਂਟਾਸਟਿਕ
ਇਹ ਹੈ ਮੈਂ ਜਿਵੇਂ ਤੇ ਕਹਿ ਰਿਹਾ ਸੀ ਨਾ ਹੁਣ ਲੋਕਾਂ ਦੀ ਉਮੀਦ ਇੱਥੇ ਹੋਊਗੀ ਤਾਂ ਵਾਕਈ ਉਸ ਉਮੀਦ ਤੇ ਖਰਾ ਉਤਰੂਗਾ ਇਹ ਗਾਣਾ ਬਹੁਤ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅੱਛਾ ਹੁਣ ਜਿਵੇਂ ਆਪਾਂ ਅਗਲੀਆਂ ਗੱਲਾਂ ਕਰਦੇ ਦੇਖੋ ਹਰੇਕ ਤੁਹਾਡੇ ਚੋਂ ਹਰੇਕ ਦਾ ਸੁਭਾਅ ਤਾਂ ਅਲੱਗ ਅਲੱਗ ਹੈ ਜੀ ਗਾਉਂਦੇ ਇਕੱਠੇ ਹੋ ਅੱਛੀ ਗੱਲ ਥੋੜੀ ਥੋੜੀ ਆਪਸ ਚ ਬੋਂਡਿੰਗ ਅੱਛੀ ਹੈ ਪਰ ਅੰਦਰਲੇ ਜਿਹੜੇ ਸੁਭਾਅ ਹੁੰਦੇ ਆ ਨਾ ਉਹ ਇਹ ਹੁੰਦਾ ਕਿ ਜਿਵੇਂ ਜੇ ਹਸਨ ਨੂੰ ਕੋਈ ਟੀਵੀ ਰਿਐਲਿਟੀ ਸ਼ੋਅ ਚੰਗਾ ਲੱਗਦਾ ਹੈ ਬਬਲੂ ਨੂੰ ਕੁਛ ਹੋਰ ਚੰਗਾ ਲੱਗਦਾ ਹੋਊ ਸ਼ਾਹਰੁਖ ਨੂੰ ਕੁਛ ਹੋਰ ਚੰਗਾ ਲੱਗਦਾ ਹੋਊਗਾ ਬਿਲਕੁਲ ਭਾਜੀ ਤੇ ਜੇ ਮੈਂ ਗੱਲ ਕਰਾਂ ਕਿ ਇਹਨਾਂ ਦਿਨਾਂ 'ਚ ਕਿਹੜਾ ਰਿਐਲਿਟੀ ਸ਼ੋਅ ਜਿਹੜਾ ਟੀਵੀ 'ਤੇ ਤੁਸੀਂ ਅਕਸਰ ਜ਼ਿਆਦਾ ਦੇਖਦੇ ਹੋ ਭੁੱਲਦੇ ਨਹੀਂ ਹੁੰਦੇ ਹਸਨ ਕਿਹੜਾ ਹੋਊਗਾ ਤੁਹਾਡਾ ਜ਼ਿਆਦਾ ਅਸੀਂ ਥੋੜ੍ਹਾ ਜਿਹਾ ਹੁਣ ਜ਼ਿਆਦਾ ਬਿਗ ਬੋਸ ਤਿੰਨ ਇਹ ਨਹੀਂ ਅਸੀਂ ਦੋਨੇ ਬਹੁਤ ਆ ਹਸਨ ਹਸਨ ਕੀ ਲੱਗਦਾ ਮੇਰਾ ਵੀ ਭਾਜੀ ਸਿਧਾਰਥ ਸ਼ੁਕਲਾ ਹੀ ਹੈ ਕਿਉਂਕਿ ਉਹ ਰੀਅਲ ਨੇ ਉੱਥੇ ਜਾ ਕੇ ਵੀ ਰੀਅਲ ਰਿਐਲਿਟੀ ਉਹ ਦਿਖਾ ਰਹੇ ਨੇ ਆਪਣੀ ਜਿੱਦਾਂ ਦੇ ਹੈਗੇ ਮੇਰੇ ਹਿਸਾਬ ਨਾਲ ਉਹ ਇਨਸਾਨ ਵੀ ਉੱਦਾਂ ਦੇ ਹੋਣੇ ਜੋ ਉੱਥੇ ਦਿਖ ਰਹੇ ਨੇ ਲੱਗ ਹੀ ਰਿਹਾ ਲਾਸਟ ਮੂਵੀ ਕਿਹੜੀ ਦੇਖੀ ਤਿੰਨੇ ਤਿੰਨਾਂ ਨੂੰ ਇਕੱਠੇ ਦੇਖਦੇ ਹੁੰਦੇ ਹੋ ਜਾਂ ਇਹ ਇੱਥੇ ਆਪਣੇ ਆੜੀ ਅਲੱਗ ਅਲੱਗ ਹੈ ਫਿਲਮਾਂ ਦੇਖਣ ਇਕੱਠੇ ਜਾਂਦੇ ਭਾਈ ਇਕੱਠੇ ਜਾਂਦੇ ਲਾਸਟ ਮੂਵੀ ਮੈਂ ਤਾਂ ਬਹੁਤ ਟਾਈਮ ਹੀ ਹੋ ਗਿਆ ਨਾ ਕਿਹੜੇ ਦੇਖੀ ਅੱਛਾ ਬਹੁਤ ਟਾਈਮ ਸ਼ਾਇਦ ਆਪਾਂ ਲਾਸਟ ਮੂਵੀ ਮੇਰੇ ਹਿਸਾਬ ਨਾਲ ਚੱਲ ਮੇਰਾ ਪੁੱਤ ਦੇਖੀ ਹਾਂ ਚੱਲ ਬੁੱਲੇ ਬੁੱਲੇ ਬੜਾ ਬੜਾ ਟਾਈਮ ਹੋ ਗਿਆ ਹਾਂਜੀ ਚੱਕਰ ਕੀ ਸਵਾਦ ਨਹੀਂ ਆਉਂਦਾ ਫਿਲਮਾਂ ਦੇਖਣ ਦਾ ਪਤਾ ਕਿ ਟੇਸਟੀ ਨਹੀਂ ਹੈਗਾ ਹੁਣ ਆਇਆ ਨਾ ਵੀ ਜਦੋਂ ਸਮਾਨ ਗਾਣੇ ਤੋਂ ਬਾਅਦ ਉਦੋਂ ਪਹਿਲਾਂ ਵੀ ਹੁਣ ਸਾਨੂੰ ਆਏ ਹੁੰਦਾ ਵੀ ਥੋੜਾ ਕੰਮ ਜ਼ਿਆਦਾ ਕੰਮ ਜ਼ਿਆਦਾ ਕਰ ਲਈ ਅੱਛਾ ਜਿਹਨੂੰ ਦੇਖਣ ਜਾਵਾਂਗੇ ਉਹਨਾਂ ਨੇ ਤਾਂ ਆਪਦਾ ਕੰਮ ਉਹਨਾਂ ਨੂੰ ਪੈਸੇ ਮਿਲੇ ਉਸ ਚੀਜ਼ ਦੇ ਤੇ ਸਾਨੂੰ ਨੀ ਮਿਲੇ ਨਾ ਹੁਣ ਅਸੀਂ ਜਦੋਂ ਮਿਹਨਤ ਕਰਦੇ ਆ ਪਰ ਹੁਣ ਥੋੜਾ ਅਸੀਂ ਕੰਮ ਵੱਲ ਜ਼ਿਆਦਾ ਅਸੀਂ ਵੀ ਉਸ ਲੈਵਲ ਦਾ ਕੰਮ ਕਰੀਏ ਹੈ ਨਾ ਤਾਂ ਕਿ ਲੋਕ ਸਾਨੂੰ ਮਾਰ ਕੇ ਫਿਲਮਾਂ ਤੇ ਗਾਣੇ ਆ ਕੇ ਆਪ ਉਹ ਕਰੀਏ ਨਾ ਹਾਂ ਕੰਮ ਵੱਲ ਜ਼ਿਆਦਾ ਧਿਆਨ ਹੋਇਆ ਯੈਸ ਅੱਛਾ ਅਗਰ ਆਪਾਂ ਲੇਟੈਸਟ ਗਾਣਿਆਂ ਦੀ ਗੱਲ ਕਰੀਏ ਦੇਖੋ ਗਾਣੇ ਹਰ ਰੋਜ਼ ਕਿੰਨੇ ਨਿਕਲਦੇ ਆ ਜੀ ਹੈ ਨਾ ਔਰ ਕੰਪੀਟੀਸ਼ਨ ਵੀ ਹਰ ਰੋਜ਼ ਵੱਧਦਾ ਪਿਆ ਪਰ ਫਿਰ ਵੀ ਕੁਝ ਗਾਣੇ ਐਸੇ ਹੁੰਦੇ ਆ ਜਿਹੜੇ ਇੱਕ ਪਾਸੇ ਹਜ਼ਾਰ ਗਾਣੇ ਇੱਕ ਪਾਸੇ ਉਹ ਇਕੱਲਾ ਗਾਣਾ ਹੁੰਦਾ ਜੇ ਸਮਾਨ ਵਰਗਾ ਗਾਣਾ ਨਾ ਇੰਨੇ ਗਾਣਿਆਂ 'ਚ ਐਂ ਲੱਗ ਜੇ ਕਿਸੇ ਹੋਰ ਆਰਟਿਸਟ ਦੀ ਮੈਂ ਗੱਲ ਕਰਾਂ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਐਂ ਲੱਗਿਆ ਜਿੱਦਣ ਉਹ ਰਿਲੀਜ਼ ਹੋਇਆ ਤੁਹਾਨੂੰ ਐਂ ਲੱਗਿਆ ਕਿ ਯਾਰ ਇਹ ਉਹ ਗਾਣਾ ਹੈ ਜਿਹੜਾ ਹਜ਼ਾਰ ਗਾਣੇ ਇੱਕ ਪਾਸੇ ਇਹ ਗਾਣਾ ਇੱਕ ਪਾਸੇ ਕਿਸੇ ਹੋਰ ਆਰਟਿਸਟ ਦਾ ਪਿਛਲੇ ਦਿਨਾਂ 'ਚ ਕਿਹੜਾ ਹੈ ਜਿਹਨੂੰ ਤੁਸੀਂ ਆਪਣੇ ਲਾਈਵ ਸ਼ੋਅ 'ਚ ਵੀ ਗਾਣਾ ਤੁਹਾਨੂੰ ਪਸੰਦ ਹੈ ਕਿ ਯਾਰ ਆਹ ਲਾਈਏ ਆਪਾਂ ਲਾਈਵ ਸ਼ੋਅ 'ਚ ਗੱਲ ਹੀ ਐਸੀ ਉਸ ਗਾਣੇ 'ਚ ਕਿਹੜਾ ਹੋਊਗਾ ਸਭ ਤੋਂ ਜ਼ਿਆਦਾ ਕਰੰਟ ਫੇਵਰੇਟ ਸਾਡੇ ਅਰਜੀਤ ਭਾਜੀ ਨੇ ਅਰਜੀਤ ਸਿੰਘ ਜੀ ਹੈ ਨਾ ਬਾਲੀਵੁੱਡ ਤੋਂ ਅਤੇ ਬੀ ਪ੍ਰੈਕ ਭਾਜੀ ਬਹੁਤ ਅੱਛਾ ਕੰਮ ਕਰਦੇ ਨੇ ਦਿਲ ਨਾਲ ਕੰਮ ਕਰਦੇ ਨੇ ਹੈ ਨਾ ਬੀ ਪ੍ਰੈਕ ਭਾਜੀ ਵੀ ਸੋ ਪਛਤਾਓਗੇ ਸਾਨੂੰ ਬਹੁਤ ਜ਼ਿਆਦਾ ਫੇਵਰੇਟ ਵੀ ਉਹ ਲੱਗਦਾ ਵੀ ਉਹ ਇਕੱਲਾ ਗਾਣਾ ਹਾਏ ਹਾਏ ਕਿਆ ਹੀ ਬਾਤ ਹੈ ਆਜੋ ਫਿਰ ਕਰਾਂ ਆਜੋ ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ ਜਾਨ ਜਾਨ ਕਿਨੂੰ ਪੁਕਾਰਾਂਗੇ ਕਿਵੇਂ ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ ਜਾਨ ਜਾਨ ਕਿਨੂੰ ਪੁਕਾਰਾਂਗੇ ਕਿਵੇਂ ਕਰੋਗੇ ਜੇ ਦਗਾ ਕਰੋਗੇ ਸਾਡੇ ਵਾਲੀ ਮੌਤ ਤੁਸੀਂ ਵੀ ਤੇ ਮਰੋਗੇ ਓਲਾ ਵੇਖਦਾ ਜ਼ੁਲਮ ਕਮਾਓਗੇ ਬੜਾ ਪਛਤਾਓਗੇ ਬੜਾ ਪਛਤਾਓਗੇ ਉਹ ਮੁਝੇ ਛੋੜ ਕਰ ਜੋ ਤੁਮ ਜਾਓਗੇ ਬੜਾ ਪਛਤਾਓਗੇ ਬੜਾ ਪਛਤਾਓਗੇ ਵੈਰੀ ਨਾਈਸ ਫੈਂਟਾਸਟਿਕ ਫੈਂਟਾਸਟਿਕ ਅੱਛਾ ਹੁਣ ਜਿਵੇਂ ਆਪਾਂ ਤੁਹਾਡੇ ਗਾਣਿਆਂ ਦੀ ਗੱਲ ਕਰ ਰਹੇ ਹਾਂ ਇੱਕ ਤਾਂ ਹੁਣ ਜਿਵੇਂ ਆਪਾਂ ਦੂਜੇ ਗਾਣਿਆਂ ਦੀ ਗੱਲ ਕੀਤੀ ਕਿ ਜੇ ਸਭ ਤੋਂ ਜ਼ਿਆਦਾ ਹਰੇਕ ਦੇ ਆਪਣੇ ਆਪਣੀ ਪਸੰਦ ਹੈ ਤੁਹਾਡੇ ਤਿੰਨਾਂ ਦੀ ਵੀ ਤੁਹਾਡੇ ਹੀ ਗਾਣਿਆਂ 'ਚੋਂ ਹਸਨ ਕਿਹੜਾ ਗਾਣਾ ਐਸਾ ਹੋਊਗਾ ਜਿਹੜਾ ਤੁਹਾਡਾ ਫੇਵਰੇਟ ਹੈ ਔਰ ਬਾਕੀਆਂ ਦਾ ਆਪਣਾ ਆਪਣਾ ਹੋਊਗਾ ਪਰ ਤੁਹਾਡਾ ਇਹ ਫੇਵਰੇਟ ਹੈ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਫੇਵਰੇਟ ਹੈ ਸਾਡਾ ਕਾਫੀ ਟਾਈਮ ਪਹਿਲਾਂ ਗਾਣਾ ਆਇਆ ਸੀ ਛੋਟੀ ਉਮਰੇ ਆਏ ਹਾਏ ਬਹੁਤ ਅੱਛਾ ਲੱਗਦਾ ਹਾਂ ਉਹ ਬਹੁਤ ਟਾਈਮ ਪਹਿਲਾਂ ਆਇਆ ਸੀ ਉਹ ਗਾਣਾ ਔਰ ਤੁਸੀਂ ਆਪਣੇ ਲਾਈਵ ਸ਼ੋਅ 'ਚ ਅਕਸਰ ਗਾਉਂਦੇ ਹੁੰਦੇ ਹੋ ਜੀ 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 ਹੈ ਨਾ ਉਹ ਫਸਟ ਸੌਂਗ ਸੀ ਉਹ ਭਾਜੀ ਸਾਡਾ ਅੱਛਾ ਪਹਿਲਾ ਸੌਂਗ ਸੀ ਉਹ ਵੀਡੀਓ ਐਜ਼ ਅ ਵੀਡੀਓ ਉਹ ਦਿਲ ਦੇ ਕਰੀਬ ਕੀ ਬਾਤ ਆ ਜਾਓ ਆਜੋ ਉੱਥੇ ਕਰਦੇ ਸ਼ੁਰੂਆਤ ਆਜੋ ਰੋਣੇ ਪੈ ਗਏ ਛੋਟੀ ਉਮਰੇ ਰੋਣੇ ਪੈ ਗਏ ਛੋਟੀ ਉਮਰੇ
सुपने टै गए छोटी उम्र हाँ रोने पै गए छोटी उम्र छोटी उम्र जिन्ने सादक प्यार दे चासन जिन्ने सादक ओ प्यार दे चासन हो जिन्ने सादक प्यार दे चासन सारे लगे छोटी उम्र रोने पै गए छोटी उम्र छोटी उम्र छोटी उम्र सिद्धा दिलां च वजदियां आवाजां और लिरिक्स भी ऐसे बड़े कमाल दे। अच्छा अगर शाहरुख मैं थोड़ी चॉइस दा कोई पूछा कि थोड़े ही गाने चो जेड़ा थोड़ी अपना टेस्ट है उसका जी साडा गाना एक दिल हार के रिकी क्या बात रिकी खान दा लिखा हुआ है जी रिकी भाजी बहुत अच्छा काम कर रहे रिकी खान ते उन्हां दा लिखा होई आजो केरा की रंग है गाने दा सोहणी सनखी तू सारिआं नूं जचदी हो तेरा दिल लैणा गल किसे दे ना बसदी हो सोहणी सनखी तू सारिआं नूं जचदी तेरा दिल लैणा गल किसे दे ना बसदी ओ सारे बैगने रकां ने दिल हार के बैगने रकां ने दिल हार के हाय नी जमा मारते ओ कादा निकली तू रूप नू शिंगार के हाय नी जमा मारते कादा निकली तू रूप नू शिंगार के हाय नी जमा मारते ओ नखरे ने अत लगे किसे दिन अख तेनु वेख वेख होके रहन भर दे झांजरां दे शोरे उत्ते कर देने गौर तेनू तकने ली मोड़ा उत्ते खड़ दे झांजरां दे शोरे उत्ते कर देने गौर तेनू तकने ली मोड़ा उत्ते खड़ दे कई मरदे ने कजले दी तार ते मरदे ने कजले दी तार ते हाय नी जमा मारते कदा निकली तू रूप नू शिंगार के हाय नी जमा मारते हो कदा निकली तू रूप नू शिंगार के हाय नी जमा मारते हाय हाय क्या ही बात है हसन ते शाहरुख दिया ता जिहड़ी आपां दिल दियां गल्लां ओह तां चलो जान लियां कि इह गाने अगर मैं किसी होर आर्टिस्ट या होर बॉलीवुड दे गाने दी गल करां ਤਾਂ ਕੀ ਲੱਗਦਾ ਬਬਲੂ ਕਿਹੜਾ ਗਾਣਾ ਹੈ ਜਿਹੜਾ ਤੁਸੀਂ ਆਪਣੇ ਲਾਈਵ ਸ਼ੋਅ ਦੇ ਵਿੱਚ ਇਹ ਪਤਾ ਨਹੀਂ ਇਹਨਾਂ ਦੀ ਪਸੰਦ ਹੋਵੇ ਨਾ ਹੋਵੇ ਪਰ ਤੁਹਾਨੂੰ ਪਸੰਦ ਹੈ ਪਾ ਦਿੰਦੇ ਮੈਂ ਗਾਣਾ ਆਪੇ ਨਾਲ ਰਲ ਜਾਣਗੇ ਉਹ ਕਿਹੜਾ ਹੋਊਗਾ ਮਹਿਫਿਲ ਮੇ ਤੇਰੀ ਹਮ ਨਾ ਰਹੇ ਤੋ ਗਮ ਤੋ ਨਹੀਂ ਹੈ ਗਮ ਤੋ ਨਹੀਂ ਹੈ ਕਿਸੇ ਹਮਾਰੇ ਨਜ਼ਦੀਕੀਓ ਕੇ ਕਮ ਤੋ ਨਹੀਂ ਹੈ ਕਮ ਤੋ ਨਹੀਂ ਹੈ ਇਤਨੀ ਦਫਾ ਸੁਬਹ ਕੋ ਮੈਨੇ ਤੇਰੇ ਆਂਗਨ ਮੇ ਬੈਠੇ ਬੈਠੇ ਸ਼ਾਮ ਕੀਆ ਚੰਨਾ ਮੇਰੇਆ ਚੰਨਾ ਮੇਰੇਆ ਮੇਰੇਆ ਚੰਨਾ ਮੇਰੇਆ ਬੇਲੀਆ ਓ ਪੀਆ ਚੰਨਾ ਮੇਰੇਆ ਚੰਨਾ ਮੇਰੇਆ ਮੇਰੇਆ ਚੰਨਾ ਮੇਰੇਆ ਬੇਲੀਆ ਓ ਪੀਆ ਓ ਪੀਆ ਬਹੁਤ ਹੀ ਖੂਬਸੂਰਤ ਬਹੁਤ ਹੀ ਖੂਬਸੂਰਤ ਥੈਂਕ ਯੂ ਭਾਜੀ ਥੈਂਕ ਯੂ ਅੱਛਾ ਇੱਕ ਚੈਲੰਜ ਆਉਣ ਲੱਗਿਆ ਹੁਣ ਤੁਹਾਡੇ ਦਿਨਾਂ ਲਈ ਓ ਮਾਈ ਗੋਡ ਭਾਜੀ ਸੱਚ ਉਹ ਚੈਲੰਜ ਇਹ ਹੈ ਜਿਹੜਾ ਤੁਸੀਂ ਹਰ ਰੋਜ਼ ਘਰੇ ਕਰਦੇ ਹੋ ਉਹ ਕੀ ਹੈ ਹੁਣ ਕੀ ਹੁੰਦਾ ਕਿ ਜਿਵੇਂ ਬਬਲੂ ਨਹਾਉਣ ਚੱਲਿਆ ਬਬਲੂ ਨੇ ਬਾਥਰੂਮ 'ਚ ਕੋਈ ਸੁਰ ਲਾਤਾ ਤੇ ਹਸਨ ਨੇ ਉਹ ਸੁਰ ਸੁਣ ਲਿਆ ਤੇ ਹਸਨ ਨੇ ਵੀ ਉਹਦੇ ਉੱਤੇ ਕੋਈ ਚੱਕਤਾ ਮਤਲਬ ਡਿੱਗਣ ਨਹੀਂ ਦਿੱਤਾ ਸੁਰ ਨੂੰ ਗੱਲ ਸਮਝਿਆ ਮੇਰੀ ਗੱਲ ਮਤਲਬ ਕੋਈ ਬਬਲੂ ਨੇ ਕੋਈ ਹੋਰ ਸੁਰ ਮਾਰਿਆ ਤੇ ਹਸਨ ਨੇ ਚੱਕ ਲਿਆ ਅੱਗੋਂ ਸ਼ਾਹਰੁਖ ਨੂੰ ਕਦੇ ਸੁਣਿਆ ਸ਼ਾਹਰੁਖ ਨੇ ਵੀ ਉਹ ਅੱਗੇ ਫਿਰ ਤਿੰਨਾਂ ਦੀ ਐਂ ਚੱਲ ਪਈ ਕਿ ਉਹਨੇ ਵੀ ਗਿਰਨ ਨਹੀਂ ਦੇਣਾ ਉਹਨੇ ਵੀ ਗਿਰਨ ਗੱਲ ਸਮਝ ਰਿਹਾ ਨਾ ਮੈਂ ਕਹਿ ਕੀ ਰਿਹਾ ਹੈ ਤੇ ਬਬਲੂ ਹੁਣ ਤੂੰ ਕੋਈ ਵੀ ਸੁਰ ਚੱਕੇਗਾ ਵੀਰੇ ਤੇ ਹੁਣ ਹਸਨ ਨੇ ਉਹ ਸੁਰ ਆਪੇ ਫੜ ਰਿਹਾ ਮਤਲਬ ਕੋਈ ਗਾਣਾ ਜ਼ਰੂਰੀ ਨਹੀਂ ਹੈ ਕਿ ਕੋਈ ਗਾਣਾ ਗਾਣਾ ਪਵੇ ਗਾਣਾ ਗਾਣ ਦੀ ਲੋੜ ਨਹੀਂ ਹੈ
ਡਿੱਗੂਗਾ ਕਿ ਨਹੀਂ ਅੱਜ ਹਰ ਕੋਈ ਨੀ ਕਰ ਸਕਦਾ ਹੁੰਦਾ, ਇਹ ਉਹੀ ਕਰ ਸਕਦਾ ਹੁੰਦਾ ਜਿਹੜਾ ਇਹਦੇ ਚ ਉੱਠਦਾ, ਇਹਦੇ ਚ ਸੌਂਦਾ, ਬਹਿੰਦਾ, ਖਾ ਇਹਦੇ ਚ ਹੀ, ਹਨਾ, ਸੁਰਾਂ ਚ ਹੀ, ਮਿਊਜ਼ਿਕ ਚ ਹੀ, ਇਹ ਇਹ ਤਾਂ ਪੱਕਦੀ ਹੈ, ਹਨਾ, ਹੁਣ ਤੁਹਾਡੀ ਜ਼ੁਬਾਨ ਤੇ ਐਵੇਂ ਨੀ ਪੱਕੀ ਹੋਈ, ਇਹ ਕਿੰਨੇ ਸਾਲਾਂ ਚ ਲੱਗੇ ਹੋਏ ਹੋ ਨਾ, ਤਾਂ ਕਿਤੇ ਜਾ ਕੇ ਇਹ ਗੱਲ ਪਹੁੰਚਦੀ ਹੈਗੀ, ਹਨਾ। ਔਰ ਵਾਕਈ ਤੁਹਾਡੀ ਆਵਾਜ਼ ਔਰ ਜੋ ਤੁਹਾਡੇ ਵਿਚਾਰ ਨੇ, ਸੋਚ ਹੈ, ਜੋ ਮਿਊਜ਼ਿਕ 'ਚ ਤੁਸੀਂ ਨਾਮ ਕਮਾ ਰਹੇ ਹੋ, ਜੋ ਬੈਂਚ ਮਾਰਕ ਤੁਸੀਂ ਸੈੱਟ ਕੀਤਾ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਕਿ ਵਾਹਿਗੁਰੂ ਤੁਹਾਡੀ ਮਿਹਨਤ ਦੇ ਉੱਤੇ ਨਜ਼ਰ ਕਰੇ, ਲਗਨ ਦੇ ਉੱਤੇ ਹਮੇਸ਼ਾ ਵਾਹਿਗੁਰੂ ਦੀ ਕਿਰਪਾ ਰਹੇ। ਬਹੁਤ ਬਹੁਤ ਸ਼ੁਭਕਾਮਨਾਵਾਂ ਬਬਲੂ, ਹਸਨ ਅਤੇ ਸ਼ਾਹਰੁਖ, ਬਹੁਤ ਬਹੁਤ ਸ਼ੁਭਕਾਮਨਾ। ਥੈਂਕ ਯੂ ਸੋ ਮਚ ਭਾਅ ਜੀ, ਥੈਂਕ ਯੂ ਜਸੀ ਭਾਅ ਜੀ, ਲਵ ਯੂ।